الحمد لله وحده والصلاة والسلام على من لا نبي بعده اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد اللهم انفعنا بما علمتنا وعلمنا ما ينفعنا وزدنا علما أما بعد فأعوذ بالله السميع العليم من الشيطان الرجيم بسم الله الرحمن الرحيم نحن نقص عليك نبأهم بالحق إنهم فتية آمنوا بربهم وزدناهم هدى ہر قسم دی حمد و ثنا کبریائی بڑائی اللہ وحدہ لا شریک واسطے اور انگنت لا تعداد درود و سلام امام الانبیاء جناب محمد الرسول اللہ صلی اللہ تعالی علیہ وآلہ وسلم دی بابرکت ہستی ہوتے ہون زی وقار قابل صد احترام معزز سامعین محترم میں جڑی قرآن پاک سورۃ الکہف دی ایک آیہ مبارکہ تلاوت کرن دا شرف حاصل کیتا ہے برادرم عزیزم حضرت مولانا حافظ محمد شہد الرحمان صاحب انہاں دے حکم دے نال حضرت شاہ صاحب تو قبل اسی ہی آیت دے تحت اپنیاں گزارشات معروضات نو انشاءاللہ الرحمن ارد گرد محدود رکھاں گا اللہ دے حضور دعا فرمائیے اللہ صحیح معنی اندر بیان کر کے میرے سمیت سانو ساریاں نو عمل دی توفیق عطا فرمائے ای کو بالکل تاں انسان اپنی زندگی اندر کئی طرح دے نشیب و فراز اور کئی طرح دے ادوار دیکھ دائے گزار دائے بندے دی ایک زندگی دا دور ہے بچپن جو بالکل ہی لاشعوری بے سمجھی والا زمانہ ہے اور ایک زمانہ انسان دی جوانی والا ہے اور پھر اس تو بعد زندگی دا آخری حصہ بڑھاپا ہے جو بالکل ہی لاغر بے بس کمزوری والا اے زمانہ اور دور ہے بہترین دور بہترین زندگی دا مرحلہ او بندے دی جوانی ہے جو آدمی جو کام چاہے دنیاوی اعتبار نالے چاہے دینی اعتبار نالے عبادات نے معاملات نے کاروبار تجارت ہے جتنا وقت و تجارت نو دکان نو جوانی اندر دے سکدا ہے جتنی مشقت اور محنت مزدوری جوانی اندر کر سکدا ہے وہ بڑھاپے اندر کر سکدا بولو تے صحیح جے بڈھے ہو تے پھر کوئی گل نہیں جے جوان ہو تے بولو سارے وہ کام بندہ بڑھاپے اندر کر سکدا نہیں بندہ بڈھا ہو جائے بیچارہ سیڑھیاں ہی نہیں چڑھ سکدا
ਆ ਕਿਸੇ ਬਾਬੇ ਨੂੰ ਬਜ਼ੁਰਗ ਨੂੰ ਆਖੋ ਬਜ਼ੁਰਗ ਆ ਚਨੇ ਚਾਵਲ ਆਉਂਦੇ ਨੇ ਪੁੱਤਰ ਮੇਰੇ ਦੰਦ ਹੀ ਕੋਈ ਨਹੀਂ। ਆ ਕਈ ਬਜ਼ੁਰਗ ਦੱਸਦੇ ਨੇ ਮੈਂ ਜਵਾਨੀ ਅੰਦਰ 100 ਕਿਲੋ ਦੀ ਬੋਰੀ ਚੁੱਕਦਾ ਰਿਹਾ, 2.5 ਮਨ ਦੀ ਬੋਰੀ ਮੈਂ ਇਕੱਲਾ ਚੁੱਕੇ ਇੰਨੇ ਮੀਲ। ਆ ਕਈ ਬਜ਼ੁਰਗ ਪਿੰਡਾਂ ਦੇ ਅੰਦਰ ਆਉਂਦੇ ਨੇ ਮੈਂ 3 ਮਨ ਦਾ 4 ਮਨ ਦਾ ਸੁਹਾਗਾ ਚੁੱਕ ਲੈਂਦਾ ਰਿਹਾ ਮੀਆਂ ਸਾਹਿਬ। ਪਰ ਹੁਣ ਵਿਚਾਰੇ ਉਹ ਆਪਣਾ ਹੀ ਭਾਰ ਨਹੀਂ ਚੁੱਕ ਸਕਦੇ, ਕੁੰਡੀ ਦੇ ਸਹਾਰੇ ਲਾਠੀ ਦੇ ਸਹਾਰੇ ਵਿਚਾਰੇ ਚੱਲਦੇ ਨੇ। ਅੱਲਾਹ ਪਾਕ ਨੇ ਫਰਮਾਇਆ ਅੱਲਾਹੁਲਜ਼ੀ ਖਲਕਕੁਮ, ਅੱਲਾਹ ਪਾਕ ਫਰਮਾਉਂਦੇ ਨੇ ਰੱਬ ਤਾਲਾ ਨੇ ਤੁਹਾਨੂੰ ਪੈਦਾ ਕੀਤਾ ਮਿਨ ਜ਼ੁਫਿਨ ਕਮਜ਼ੋਰ, ਉਹ ਬਚਪਨ ਦੀ ਤਰਫ ਇਸ਼ਾਰਾ, ਵਜਅਲਾ ਮਿਨ ਜ਼ੁ ਮਿਨ ਕੁਵ ਮਿਨ ਜ਼ੁਫਿਨ ਵਕੁਵਾ, ਫਿਰ ਅੱਲਾਹ ਦੀ ਜ਼ਾਤ ਨੇ ਤੁਹਾਨੂੰ ਉਸ ਕਮਜ਼ੋਰੀ ਚੋਂ ਕੁਵਤ ਬਖਸ਼ੀ ਯਾਨੀ ਜਵਾਨੀ, ਫਿਰ ਅੱਲਾਹ ਦੀ ਜ਼ਾਤ ਦੀ ਇਸ ਕੁਵਤ ਦੇ ਵਿੱਚੋਂ ਤੁਹਾਨੂੰ ਫਿਰ ਕਮਜ਼ੋਰੀ ਸ਼ੈਬਾ ਬੁਢਾਪਾ, ਕਮਜ਼ੋਰੀ ਇਹ ਬੁਢਾਪੇ ਦੀ ਤਰਫ ਇਸ਼ਾਰਾ ਹੈ। ਜਿਹੜੀ ਇਬਾਦਤ ਬੰਦਾ ਜਵਾਨੀ ਅੰਦਰ ਕਰ ਸਕਦਾ ਉਹ ਬੁਢਾਪੇ ਅੰਦਰ ਨਹੀਂ ਹੋ ਸਕਦੀ। ਆ ਕਈ ਬੰਦੇ ਬਜ਼ੁਰਗ ਆਦਮੀ, ਆ ਹੁਣ ਤਾਂ ਕੁਰਸੀਆਂ ਦਾ ਰਿਵਾਜ਼ ਨਿਕਲ ਗਿਆ ਨਾ, ਪੂਰੀ ਪੂਰੀ ਸਾਫੀ ਕੁਰਸੀਆਂ ਦੀ ਨਮਾਜ਼ ਦੀ ਹੁੰਦੀ ਹੈ, ਥੋੜ੍ਹੀ ਜਿਹੀ ਨਮਾਜ਼ ਲੰਬੀ ਹੋ ਜਾਏ ਬਜ਼ੁਰਗ ਆਦਮੀ ਕਹਿੰਦੇ ਨੇ ਜੀ ਸਜਦਾ ਛੋਟਾ ਕਰਿਆ ਕਰੋ, ਹੁਣ ਇੰਨਾ ਸਜਦਾ ਨਹੀਂ ਹੁੰਦਾ, ਇਹ ਕਿਆਮ ਵੀ ਥੋੜ੍ਹਾ ਜਿਹਾ ਘੱਟ ਕਰਿਆ ਕਰੋ, 10 ਮਿੰਟ ਤੋਂ ਉੱਤੇ ਜਾਂ ਜਾਇਆ ਕਰੋ, ਜ਼ਿਆਦਾ ਲੰਬੀ ਨਮਾਜ਼ ਸਾਡੇ ਕੋਲੋਂ ਪੜ੍ਹੀ ਨਹੀਂ ਜਾਂਦੀ, ਖਲੋਤਾ ਨਹੀਂ ਜਾਂਦਾ। ਇਹ ਬਜ਼ੁਰਗ ਜਨਾਬ ਜਵਾਨੀ ਅੰਦਰ 2-2, 3-3 ਮੀਲ ਦਾ ਪੈਦਲ ਸਫ਼ਰ ਕਰ ਦਿੰਦੇ, ਇਸ ਤੋਂ ਵੀ ਜ਼ਿਆਦਾ ਪੈਦਲ ਸਫ਼ਰ ਕਰ ਦਿੰਦੇ। ਸੁਨਨ ਅਬੀ ਦਾਊਦ ਦੇ ਅੰਦਰ ਹਦੀਸ ਹੈ, ਹਜ਼ਰਤ ਅਬਦੁੱਲਾ ਬਿਨ ਅਮਰ ਬਿਨ ਆਸ ਰਜ਼ੀ ਅੱਲਾਹੁ ਤਾਲਾ ਅਨਹੁ, ਇਹਨਾਂ ਦੀ ਸ਼ਾਦੀ ਹੋਈ ਅਤੇ ਸ਼ਾਦੀ ਤੋਂ ਕੁਝ ਦਿਨ ਬਾਅਦ ਇਹਨਾਂ ਦੇ ਵਾਲਦ ਨੇ ਆਪਣੀ ਬਹੂ ਕੋਲੋਂ ਪੁੱਛਿਆ, ਬੇਟਾ ਮੇਰੇ ਘਰ ਦੇ ਅੰਦਰ ਆਏ ਹੋ, ਮੇਰਾ ਬੇਟਾ ਕੈਸਾ ਸਲੂਕ ਕਰਦਾ ਤੁਹਾਨੂੰ, ਤੁਹਾਡੇ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ, ਕੋਈ ਮਾਮਲਾ ਤਾਂ ਨਹੀਂ? ਆਵਾਜ਼ ਯਾਰ ਠੀਕ ਕਰੋ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ? ਕਹਿਣ ਲੱਗੀ ਅੱਬਾ ਜੀ ਕੋਈ ਪਰੇਸ਼ਾਨੀ ਨਹੀਂ, ਕੋਈ ਪਰੇਸ਼ਾਨੀ ਨਹੀਂ, ਲੇਕਿਨ ਜਿਸ ਦਿਨ ਦੀ ਮੈਂ ਤੁਹਾਡੇ ਘਰ ਦੇ ਅੰਦਰ ਆਈ ਹਾਂ, ਤੁਹਾਡੇ ਬੇਟੇ ਦਾ ਦਿਨ ਵਾਲੇ ਰੋਜ਼ਾ ਹੁੰਦਾ ਅਤੇ ਰਾਤ ਸਾਰੀ ਕਿਆਮ ਕਰਦਾ ਰਹਿੰਦਾ, ਰਾਤ ਕਿਆਮ ਅੰਦਰ ਗੁਜ਼ਰ ਜਾਂਦੀ ਹੈ ਅਤੇ ਦਿਨ ਰੋਜ਼ੇ ਅੰਦਰ ਲੰਘ ਜਾਂਦਾ, ਬਸ ਇੰਨੀ ਕੋ ਮੇਰੀ ਸ਼ਿਕਾਇਤ ਹੈ। ਹਜ਼ੂਰ ਦੀ ਖਿਦਮਤ ਦੇ ਅੰਦਰ ਉਹਨਾਂ ਅਰਜ਼ ਕੀਤੀ, ਹਜ਼ੂਰ ਨੇ ਹਜ਼ਰਤ ਅਬਦੁੱਲਾ ਬਿਨ ਅਮਰ ਬਿਨ ਆਸ ਨੂੰ ਬੁਲਾਇਆ, ਫਰਮਾਨ ਲੱਗੇ ਇਹ ਰੋਜ਼ ਰੋਜ਼ਾ ਰੱਖਣਾ, ਰੋਜ਼ ਰੋਜ਼ਾ ਰੱਖਣਾ ਇਹ ਤਾਂ ਛਾਈ ਨਹੀਂ ਹੈਗਾ, ਇਹ ਤਾਂ ਦਰੁਸਤ ਹੀ ਨਹੀਂ ਹੈਗਾ। ਆਪ ਫਰਮਾਨ ਲੱਗੇ ਤੂੰ ਇੰਜ ਕਰਿਆ ਕਰ ਅਬਦੁੱਲਾ, ਕੁਝ ਵਕਤ ਨਾ ਆਪਣੇ ਘਰ ਵਾਲਿਆਂ ਵਾਸਤੇ ਵੀ ਦਿਆ ਕਰ, ਉਹਨਾਂ ਦਾ ਵੀ ਤੇਰੇ ਉੱਤੇ ਹੱਕ ਹੈ, ਅਤੇ ਰਮਜ਼ਾ ਪੂਰੇ ਮਹੀਨੇ ਅੰਦਰ 3 ਰੋਜ਼ੇ ਨਫਰੀ ਰੱਖ ਲਿਆ ਕਰ, ਅਯਾਮੇ ਬੀਜ ਦੇ, ਅਯਾਮੇ ਬੀਜ ਸਮਝਦੇ, ਅਯਾਮੇ ਬੀਜ ਦੇ 3 ਰੋਜ਼ੇ ਰੱਖਿਆ ਕਰੋ, ਯਾਨੀ ਜਦੋਂ ਚੰਨ ਚੜ੍ਹਦਾ ਚੰਨ ਦੀ 14, 15 ਅਤੇ 16, ਜਦੋਂ ਆਉਂਦੇ ਨਾ ਚੰਨ 14ਵੀਂ ਦਾ ਚੰਨ ਚਮਕਦਾ ਉਹਨੂੰ ਅਯਾਮੇ ਬੀਜ ਕਿਹਾ ਜਾਂਦਾ। ਫਰਮਾ ਮੇਰੇ ਆਕਾ ਫਰਮਾ ਲੱਗੇ ਤੂੰ 3 ਰੋਜ਼ੇ ਰੱਖ ਲਿਆ ਕਰ, ਅੱਕ ਲੱਗੇ ਹਜ਼ੂਰ ਮੈਂ ਇਹਦੇ ਨਾਲੋਂ ਵੀ ਜ਼ਿਆਦਾ ਤਾਕਤ ਰੱਖਣਾ ਰੋਜ਼ੇ ਰੱਖਣ ਦੀ। ਆਪ ਨੇ ਫਰਮਾਇਆ ਫਿਰ ਇੰਜ ਕਰੋ, ਸੋਮਵਾਰ ਅਤੇ ਜੁਮੇ ਰਾਤ ਦਾ ਨਾਲ ਮਿਲਾ ਲਓ, ਇਹ ਵੀ ਰੱਖਿਆ ਕਰੋ। ਫਰਮਾਇਆ ਹਜ਼ੂਰ ਮੈਂ ਹੋਰ ਜ਼ਿਆਦਾ ਤਾਕਤ ਰੱਖਣਾ, ਮੇਰੇ ਆਕਾ ਫਰਮਾਨ ਲੱਗੇ ਫਿਰ ਇੰਜ ਕਰਿਆ ਕਰੋ ਕਿ ਤੁਸੀਂ 1 ਦਿਨ ਰੋਜ਼ਾ ਰੱਖ ਲਿਆ ਕਰੋ ਅਤੇ 1 ਦਿਨ ਛੱਡ ਦਿਆ ਕਰੋ। ਆਕਾ ਫਰਮਾਨ ਲੱਗੇ ਹਜ਼ੂਰ ਮੈਂ ਇਹਦੇ ਨਾਲੋਂ ਵੀ ਜ਼ਿਆਦਾ ਤਾਕਤ ਰੱਖਣਾ, ਮੇਰੇ ਆਕਾ ਫਰਮਾਨ ਲੱਗੇ ਸਭ ਨਾਲੋਂ ਬਿਹਤਰੀਨ ਨਫਲੀ ਰੋਜ਼ਾ ਹਜ਼ਰਤ ਦਾਊਦ ਹੈ। ਹਜ਼ਰਤ ਦਾਊਦ ਅਲੈਹਿ ਸਲਾਮ 1 ਦਿਨ ਰੋਜ਼ਾ ਰੱਖਦੇ ਸਨ ਅਤੇ 1 ਦਿਨ ਰੋਜ਼ਾ ਛੱਡ ਦਿੰਦੇ ਸਨ, ਤੁਸੀਂ ਇਸੇ ਤਰ੍ਹਾਂ ਹੀ ਰੱਖਿਆ ਕਰੋ, ਰਾਤ ਨੂੰ ਕਿਆਮ ਵੀ ਕਰਦੇ, ਕਈ ਸਪਾਰੇ ਰਾਤ ਨੂੰ ਹਜ਼ਰਤ ਅਬਦੁੱਲਾ ਬਿਨ ਅਮਰ ਬਿਨ ਆਸ ਰਜ਼ੀ ਅੱਲਾਹੁ ਤਾਲਾ ਪੜ੍ਹ ਜਾਂਦੇ, 1 ਦਿਨ ਰੋਜ਼ਾ ਰੱਖਦੇ ਅਤੇ ਦੂਜੇ ਦਿਨ ਛੱਡ ਜਾਂਦੇ, ਲੇਕਿਨ ਇਹ ਉਹਨਾਂ ਦਾ ਆਲਮੀ ਸ਼ਬਾਬ ਹੈ, ਜਵਾਨੀ ਹੈ। ਅਸੀਂ ਆਨੇ ਨਾ ਜਵਾਨੀ ਅਤੇ ਮਸਤਾਨੀ ਹੈ, ਸਾਡੇ ਨੌਜਵਾਨਾਂ ਦੇ ਕੰਮ ਵੇਖੀਏ ਨਾ, ਸਾਰੀ ਰਾਤ ਕਿਸੇ ਨੇ ਉਹ ਚੌਕ ਦੇ ਅੰਦਰ ਗੁਜ਼ਾਰ ਦਿੱਤੀ, ਕਿਸੇ ਨੇ ਉਹ ਬਾਹਰਲੇ ਫੱਟੇ 'ਤੇ ਗੁਜ਼ਾਰ ਛੱਡੀ, ਕਿਸੇ ਨੇ ਸਟੇਸ਼ਨ 'ਤੇ ਗੁਜ਼ਾਰ ਛੱਡੀ, ਕੋਈ ਸੈਂਡਵੇ ਅੰਦਰ ਗੁਜ਼ਾਰ ਦਿੰਦਾ, ਹੋਰ ਕੁਝ ਨਹੀਂ, ਅਤੇ ਹਰ ਘਰ ਅਤੇ ਹਰ ਜੇਬ ਦੇ ਅੰਦਰ ਸੈਲਮੈਂ ਸਾਰੀ ਰਾਤ ਗੰਦੀਆਂ ਵੈਬਸਾਈਟਾਂ ਦੇਖਦੇ ਹੀ ਗੁਜ਼ਾਰ ਛੱਡਦਾ, ਬਦਨਸੀਬ ਰਾਤ ਦੀ ਤਨਹਾਈ ਦਾ ਪਤਾ ਹੀ ਕੋਈ ਨਹੀਂ, ਔਰ ਗੰਦੀਆਂ ਫਿਲਮਾਂ ਵੇਖਦਿਆਂ ਗੁਜ਼ਾਰ ਦਿੰਦਾ, ਇਹ ਜਵਾਨੀ ਹੈ। ਹਜ਼ਰਤ ਅਬਦੁੱਲਾ ਬਿਨ ਅਮਰ ਬਿਨ ਆਸ ਰਜ਼ੀ ਅੱਲਾਹੁ ਤਾਲਾ ਨੇ ਇਹ ਜਵਾਨੀ ਦਾ ਆਲਮ ਹੈ, ਅਤੇ ਖੁਦ ਹੁਣ ਬਿਆਨ ਕਰਦੇ ਨੇ ਜਦੋਂ ਜਵਾਨੀ ਢਲ ਗਈ ਹੈ, ਮਾਸ ਢਲਕ ਗਿਆ, ਹੱਡੀਆਂ ਕਮਜ਼ੋਰ ਹੋ ਗਈਆਂ, ਜਿਸਮ ਅੰਦਰ ਕੁਵਤ ਅਤੇ ਤਾਕਤ ਕਮਜ਼ੋਰ ਹੋ ਗਈ ਹੈ, ਅਤੇ ਹੁਣ ਰੋਜ਼ ਰੋਜ਼ਾ ਨਹੀਂ ਰੱਖਿਆ ਜਾਂਦਾ, ਰੋਜ਼ ਕਿਆਮ ਨਹੀਂ ਕੀਤਾ ਜਾਂਦਾ, ਕਈ ਸਪਾਰੇ ਕਿਆਮ ਅੰਦਰ ਨਹੀਂ ਪੜ੍ਹੇ ਜਾਂਦੇ, ਅਤੇ ਕਹਿਣ ਲੱਗੇ ਕਾਸ਼ ਮੈਂ ਕਦੀ ਜਿਹੜੀ ਹਜ਼ੂਰ ਨੇ ਉਦੋਂ ਰੁਖਸਤ ਦਿੱਤੀ ਸੀ ਉਹ ਮੈਂ ਰੁਖਸਤ ਆਪ ਦੀ ਕਬੂਲ ਕਰ ਲੈਂਦਾ, ਅਤੇ
ਅੱਜ ਮੈਂ ਸੌਖਾ ਰਹਿੰਦਾ, ਬੁਢਾਪਾ ਜੋ ਆ ਗਿਆ, ਅੱਜ ਮੈਂ ਸੌਖਾ ਰਹਿੰਦਾ। ਜਿਹੜੀ ਗੱਲ ਹਜ਼ੂਰ ਆਖੀ ਸੀ ਨਾ ਕਿ 3 ਮਹੀਨੇ ਅੰਦਰ ਰੋਜ਼ੇ ਰੱਖ ਲਿਆ ਕਰ, ਗੱਲ ਉਹ ਹੀ ਚੰਗੀ ਸੀ। ਬੰਦਾ ਮੁਤਦਿਲ ਮਿਜ਼ਾਜ ਹੋਵੇ ਨਾ, ਕੰਮ ਬਰਾਬਰੀ ਦਾ ਚੱਲਦਾ ਰਹੇ ਤਾਂ ਫਿਰ ਇਸ ਵਾਸਤੇ ਮੇਰੇ ਭਾਈਓ, ਅੱਲਾਹ ਦੀ ਜ਼ਾਤ ਨੇ ਕੁਰਾਨੇ ਪਾਕ ਦੇ ਅੰਦਰ ਚੰਦ ਜਵਾਨਾਂ ਦਾ ਤਜ਼ਕਰਾ ਫਰਮਾਇਆ। ਉਹ ਮੇਰੇ ਨੌਜਵਾਨ ਭਾਈਓ, ਉਹ ਮੇਰੇ ਦੋਸਤੋ, ਉਹ ਮੇਰੇ ਬਜ਼ੁਰਗੋ, ਖੁਦਾ ਰਾ ਆਪਣੀ ਇਸ ਜਵਾਨੀ ਨੂੰ ਨਸ਼ੇ ਦੇ ਅੰਦਰ ਨਾ ਗੁਜ਼ਾਰੋ। ਕੋਈ ਜਨਾਬ ਨਸ਼ਾ ਵੇਚਦਾ, ਕੋਈ ਖਰੀਦਦਾ ਤੇ ਕੋਈ ਪੀ ਰਿਹਾ, ਆਪਣੀ ਜਵਾਨੀ ਨੂੰ ਤਬਾਹ ਕਰ ਲਿੱਤਾ ਹੈ। ਅੱਲਾਹ ਦੇ ਕੋਲੋਂ ਦੂਰ ਹੋ ਕੇ ਕਿਤਾਬ ਸੁਨਤ ਤੋਂ ਦੂਰੀ ਅੰਦਰ ਆਪਣੀ ਜਵਾਨੀ ਗੁਜ਼ਾਰਦਾ। ਤੂੰ ਇਹ ਨਾ ਸਮਝੀ ਕਿ ਇਹ ਜਵਾਨੀ ਦੇ ਅਯਾਮ ਗੁਜ਼ਰ ਜਾਣਗੇ, ਕੋਈ ਗੱਲ ਨਹੀਂ, ਕੱਲ ਨੂੰ ਜਦੋਂ ਵੇਲਾ ਆਏਗਾ ਬੁੱਢੇ ਹੋਵਾਂਗੇ ਤੇ ਫਿਰ ਨਮਾਜ਼ਾਂ ਪੜ੍ਹ ਲਵਾਂਗੇ, ਫਿਰ ਕੁਰਾਨ ਪੜ੍ਹ ਲਵਾਂਗੇ, ਫਿਰ ਉਮਰਾ ਹੱਜ ਕਰ ਲਵਾਂਗੇ, ਫਿਰ ਅੱਲਾਹ ਦੇ ਕੋਲੋਂ ਗੁਨਾਹਾਂ ਦੀ ਤੌਬਾ ਕਰ ਲਵਾਂਗੇ। ਉਹ ਸੋਹਣਿਆ, ਅੱਜ ਆਇਆ ਤੇ ਕੀ ਪਤਾ ਕੱਲ ਆਉਣੀ ਹੈ ਕਿ ਨਹੀਂ ਆਉਣੀ। ਇੱਕ ਸਾਹ ਅੰਦਰ ਗਿਆ, ਕੀ ਪਤਾ ਸਾਹ ਦੁਬਾਰਾ ਆਉਣਾ ਕਿ ਨਹੀਂ ਆਉਣਾ। ਮੇਰੇ ਤੁਹਾਡੇ ਮਹਬੂਬ ਪੈਗੰਬਰ ਜਨਾਬੀ ਮੁਹੰਮਦ ਸੱਲੱਲਾਹੁ ਤਾਲਾ ਅਲੀ ਵਾਲੀ ਵਸੱਲਮ ਨੇ ਫਰਮਾਇਆ, ਕਿਆਮਤ ਦਾ ਦਿਨ ਹੋਏਗਾ, ਮੇਰੇ ਆਕਾ ਫਰਮਾਉਂਦੇ ਨੇ ਬੰਦੇ ਦੇ ਕੋਲੋਂ ਉਹਦੀ ਜ਼ਿੰਦਗੀ ਦੇ ਸਵਾਲ ਕੀਤੇ ਜਾਣਗੇ। ਜ਼ਿੰਦਗੀ ਦੇ ਮੁਤਲਕ ਸਵਾਲ ਕੀਤਾ ਜਾਏਗਾ, ਉਮਰ ਦੇ ਬਾਰੇ ਸਵਾਲ ਕੀਤਾ ਜਾਏਗਾ। ਰੱਬ ਤਾਲਾ ਫਰਮਾਉਂਦੇ ਨੇ ਅਨ ਉਮਰੀ ਕੀ, ਉਹ ਬੰਦਿਆ ਤੈਨੂੰ ਅਸਾਂ ਉਮਰ ਅਤਾ ਫਰਮਾਈ ਹੈ। ਇਹ ਮੁਤਲਕ ਤੌਰ 'ਤੇ ਜਰਨਲ ਸਵਾਲ ਹੈ ਕਿ ਤੇਰੀ ਸਾਰੀ ਜ਼ਿੰਦਗੀ ਦੇ ਬਾਰੇ ਪੁੱਛਿਆ ਜਾਏਗਾ। 20 ਸਾਲ 30 ਸਾਲ 50 60 ਸਾਲ 90 ਸਾਲ ਦੀ ਜ਼ਿੰਦਗੀ ਹੈ। ਅੱਲਾਹ ਬਾਗ ਫਰਮਾਨ ਕੇ ਬੰਦਿਆ, ਮੈਂ ਤੈਨੂੰ ਇੰਨੀ ਉਮਰ ਅਤਾ ਫਰਮਾਈ ਹੈ, ਇਹ ਕਿਹੜੀ ਚੀਜ਼ ਦੇ ਅੰਦਰ ਉਮਰ ਗੁਜ਼ਾਰ ਕੇ ਆਏ ਹੈ। ਇਸ ਤੋਂ ਅਗਲਾ ਸਵਾਲ ਤੇ ਦੂਸਰਾ ਸਵਾਲ ਕੀ ਹੋਏਗਾ? ਰੱਬੁਲ ਆਲਮੀਨ ਫਰਮਾਉਂਦੇ ਨੇ ਅਨ ਸ਼ਬਾਬੀ ਫੀ ਮਾ ਅਬਲਾਹੋ, ਤੈਨੂੰ ਅਸਾਂ ਜਵਾਨੀ ਦੀ ਕੁਵਤ ਤਾਕਤ ਵੀ ਅਤਾ ਫਰਮਾਈ ਸੀ, ਤੇ ਆਪਣੀ ਜਵਾਨੀ ਨੂੰ ਕਿਹੜੇ ਕੰਮਾਂ ਦੇ ਅੰਦਰ ਗੁਜ਼ਾਰ ਕੇ ਆਇਆ, ਆਪਣੀ ਜਵਾਨੀ ਨੂੰ ਕਿੱਥੇ ਫਨਾ ਕਰਕੇ ਆਇਆ ਤੇ ਕਿੱਥੇ ਗੁਜ਼ਾਰ ਕੇ ਆਇਆ। ਇਹ ਮੇਰੇ ਜਵਾਨਾਂ, ਹੁਣ ਆਪ ਹੀ ਅੰਦਾਜ਼ਾ ਕਰ ਲੈ, ਤਸੱਵਰਾਤ ਦੇ ਅੰਦਰ ਆ ਕੇ ਗੁਜ਼ਰ ਦੇਖ ਲਿਆ, ਅਗਰ ਤੇ ਆਪਣੀ ਜਵਾਨੀ ਸ਼ਰਾਬ ਪੀਂਦਿਆਂ ਗੁਜ਼ਾਰੀ ਹੋਏਗੀ, ਕਿਆਮਤ ਵਾਲੇ ਦਿਨ ਅੱਲਾਹ ਦੀ ਅਦਾਲਤ ਦੇ ਅੰਦਰ ਕੀ ਜਵਾਬ ਦੇਵੇਂਗਾ? ਅਗਰ ਆਪਣੀ ਜਵਾਨੀ ਬਦਕਾਰੀ ਦੇ ਅੰਦਰ, ਜ਼ਨਾਕਾਰੀਆਂ ਦੇ ਅੰਦਰ ਤਬਾਹ ਕਰ ਦਿੱਤੀ ਹੋਏਗੀ, ਤੇ ਅੱਲਾਹ ਦੀ ਅਦਾਲਤ ਦੇ ਅੰਦਰ ਕਿਹੜਾ ਮੂੰਹ ਲੈ ਕੇ ਜਾਏਗਾ? ਅੱਲਾਹ ਦੀ ਕਸਮ ਹੈ, ਅਗਰ ਤੇਰੀ ਜਵਾਨੀ ਅੱਲਾਹ ਦੇ ਸਾਹਮਣੇ ਸਜਦਿਆਂ ਦੇ ਅੰਦਰ ਗੁਜ਼ਰੀ ਹੋਏਗੀ, ਕੁਰਾਨ ਪੜ੍ਹਦਿਆਂ ਗੁਜ਼ਾਰੀ ਹੋਏਗੀ, ਹਦੀਸ ਪੜ੍ਹਦਿਆਂ ਪੜ੍ਹਾਉਂਦਿਆਂ ਤੂੰ ਜਵਾਨੀ ਗੁਜ਼ਾਰੀ ਹੋਏਗੀ, ਆਖੇਗਾ ਅੱਲਾਹ ਮੈਨੂੰ ਤੂੰ ਜਵਾਨੀ ਦਿੱਤੀ, ਮੈਂ ਤੇ ਇਹ ਜਵਾਨੀ ਤੇਰੇ ਦੀਨ ਤੇ ਖਪਾ ਕੇ ਆਇਆ ਵਾਂ। ਅੱਲਾਹ ਇਸ ਜਵਾਨੀ ਨੂੰ ਮੈਂ ਤੇਰੇ ਦੀਨ ਦੇ ਉੱਤੇ ਸਰਫ ਕਰਕੇ ਆਇਆ ਵਾਂ। ਸੂਰਾ ਕਾਹਫ ਦੇ ਅੰਦਰ ਅੱਲਾਹ ਦੀ ਜ਼ਾਤ ਨੇ ਇਹਨਾਂ ਜਵਾਨਾਂ ਦਾ ਤਜ਼ਕਰਾ ਫਰਮਾਇਆ, ਫਰਮਾਇਆ ਨਹਨੂ ਨਕੁਸੁ ਅਲੈਕਾ ਨਬਅਹੁਮ ਬਿਲ ਹਕੀ ਇਨਹੁਮ ਫਿਤਯਤੁਨ ਆਮਨੂ ਬਿਰੱਬਿਹਿਮ ਵਜ਼ਿਦਨਾਹੁਮ ਹੁਦਾ। ਫਰਮਾਇਆ ਉਹ ਨੌਜਵਾਨ ਜਿਹੜਾ ਆਪਣਾ ਦੀਨ ਲੈ ਕੇ ਆਪਣੀ ਜਾਨ ਦੀ ਹਿਫਾਜ਼ਤ ਵਾਸਤੇ, ਆਪਣੇ ਨਜ਼ਰੀਏ ਤੇ ਅਕੀਦੇ ਦੀ ਹਿਫਾਜ਼ਤ ਵਾਸਤੇ ਆਪਣੇ ਦੇਸ਼ ਤੇ ਆਪਣੀ ਬਸਤੀ ਵਿੱਚੋਂ ਦੁਸ਼ਮਣ ਦੇ ਕੋਲੋਂ ਡਰ ਕੇ ਨਿਕਲ ਗਏ ਨੇ, ਇਹਨਾਂ ਨੇ ਆਪਣਾ ਅਕੀਦਾ ਬਚਾਇਆ, ਇਹਨਾਂ ਆਪਣੇ ਨਜ਼ਰੀਏ ਦੀ ਹਿਫਾਜ਼ਤ ਕੀਤੀ ਹੈ। ਇਹ ਨੌਜਵਾਨ ਨੇ ਇਹ ਆਪਣੇ ਦੀਨ ਦੀ ਖਾਤਰ ਨਿਕਲੇ ਨੇ। ਅੱਲਾਹ ਦੀ ਜ਼ਾਤ ਨੇ ਇਹਨਾਂ ਦੀਆਂ ਜਵਾਨੀਆਂ ਨੂੰ ਇੰਨਾ ਮਹਫੂਜ਼ ਕਰ ਲਿੱਤਾ ਹੈ। ਵਲਾ ਬੀ ਸੂਫੀ ਕਾਫੀ ਹਿਮ ਸਲਾਸਾ ਮਿਆਤਿਲ ਸਿਨੀ ਨਵਸ ਦਾਦੂ ਤਿਸਾ। ਤਿੰਨ ਸੌ ਨੌ ਸਾਲ ਸੁੱਤੇ ਰਹੇ ਨੇ। ਅੱਲਾਹ ਪਾਕ ਫਰਮਾਉਂਦੇ ਨੇ ਮਹਿਬੂਬ ਜੀ, ਅੱਲਾਹ ਦੀ ਜ਼ਾਤ ਨੂੰ ਇਹਨਾਂ ਨਾਲ ਇੰਨਾ ਪਿਆਰ ਹੋਇਆ। ਵਾ ਤਹਸਬੁਹੁਮ ਅਈਕਾਜ਼ਨ ਵਾ ਹੁਮ ਰੁਕੂਦ ਵਾ ਨੁਕੱਲਿਬੁਹੁਮ ਜ਼ਾਤ ਅਲ ਯਮੀਨੀ ਵਾ ਜ਼ਾਤ ਅਲ ਸ਼ਿਮਾਲੀ ਵਾ ਕਲਬੁਹੁਮ ਬਾਸਿਤੁਨ ਜ਼ਿਰਾਈ। ਅੱਲਾਹ ਦੀ ਜ਼ਾਤ ਫਰਮਾਉਂਦੇ ਨੇ ਤੁਸੀਂ ਗੁਮਾਨ ਕਰਦੇ ਹੋ ਕਿ
309 साल ओ बंदे जाग रहे ने बल्कि ओ सुते हुए ने। यार आवाज सही कर दे, समझ नहीं आती किसी नूं, इको बिल्कुल ही बंद कर दे। फरमाया वनु कल्ली बुहम जात अलियमीन, ओ ना दिया करवटा भी सुते होया दिया असी करवटा सज्जे ते खब्बे आप बदलने आ, सज्जे ते खब्बे पासे भी उन्हां दे असी आप बदलने आ। ते दूसरी गल भी नोट फरमाए, सूरज चढ़दा है ते सज्जे पासे हो जांदा है, जदो सूरज गुरूब हुंदा ते खब्बी साइड ते हो जांदा है, किते सूरज दियां किरणां छुआवां उन्हां दे उत्ते पै ना पै जाण, किते उन्हां नूं सूरज दी शिद्दत और हरारत महसूस ना होवे ते तकलीफ ना होवे। फरमाया वन वन नहनु नकुसु अलैका नबअहुम बिल हक, ए जवान ने इन्हां ने अपना दीन बचाया, अकीदा बचाया। पता ए लगा जवानी अंदर भी बंदा वली बन सकता है, जवानी अंदर भी वली ये अल्लाह दे वली ने जिन्हां दा अल्लाह दी जात ने कुरान च तज़किरा फरमाया ते आप उन्हां दी हिफाजत फरमाई है। एक होर जवान दा तज़किरा फरमाया, फरमाया जनाब खलीलुर रहमान अलैहि सलातो व सलाम ने जदों कौम ने इन्हां नूं मेले ठेले दी दावत दित्ती है, जनाब इब्राहिम अलैहि सलातो व सलाम फरमान लगे मैं बीमार हाँ, अना मैं बीमार हाँ, मैं नहीं जा सकता। कौम सारी चली गई है, खलीलुर रहमान अलैहि सलातो व सलाम अपनी कौम दे माबद खाने अंदर चले गए ने, जाके हजरत इब्राहिम अलैहि सलातो वस्सलाम ने इन्ना मबूदा ने बातला नु बुत्ता नु मुखातब होए ने, तरह तरह के खाने देखे ने। हजरत इब्राहिम अलैहि सलाम फरमाना के अला ताकुलून, वो खांदे क्यों नहीं जे, उन्हां दा जवाब है ही कोई नहीं, क्यों के वो बोलन जोगे ते तुसी भी बोलन जोगे। अच्छा फरमाया अला ताकुलून, ओ खांदे क्यों नहीं जे ते बोल है ही नहीं, सर बोलन दी ताकत ही कोई नहीं। ते जनाबे खलीलुर रहमान ने दूसरा तमामी हुज्जत वास्ते सवाल कीता, ओ वो खा नहीं सकदे, मालकुम ला तंतिकून, ओ खांदे नहीं ते मैनू बोल के इदा छड्डो, ओ बोल ही छड्डो के खाना सारा सा बाइकाट कीता उन्हां दे नाल, या ये नजराने सानू पसंद नहीं, यह खाना छाड़ी शयाने शान नहीं। मालकुम ला तंतिकून, हजरत इब्राहिम अलैहि सलाम ने दूसरा सवाल किया, खांदे भी कोई नहीं ते बोलदे भी कोई नहीं, जनाबे खलीलुर रहमान अलैहि सलातो वसलाम ने तौहीदी कलहाड़ा लिया है ते इन्हां दे सिर लत एक कर छड़ी है, किसे दा बाजू कटिया, किसे दी जनाब लत कट दिती है, किसे दा सर पाड़ दिता है। ते खलीलुर रहमान अलैहि सलातो वसलाम वापस चले जाते हैं, कौम आई है सीधा माबद खाने अंदर आके इन्होंने हाजरी दी है, जो इबादत खाने अंदर आए ने ते हालात ही बदले ने, इन्हों का जनाब हुलिए ही बिगड़ गए हैं। ते हजरत इब्राहिम अलैहि सलातो सलाम अपने घर के अंदर मौजूद ने, आपस अंदर गल्लां करन लगे ने, एक कौन बदबख्ता आदमी है ना उस बिल्ला अस्तगफिरुल्लाह, जिन्हें साडे रब्बां की बेअदबी ते गुस्ताखी की है, जिन्हें साडे बजुर्गों की गुस्ताखी ताखी कीती है। ते एक विचो की आंदा, कालू समिअना फतन यज़कुरुहुम युकालु लहु इब्राहीम। अल्लाह तुहानू कुरान दा प्यार नसीब फरमाए, उची आमीन कह दियो, तुहाडी आमीन चौखी आनी चाहिए, तुहाडियां ते गरारियां सैट ने अजे। अल्लाह तुहानू कुरान दा प्यार नसीब फरमाए, जवान इस पासे बैठे ने ते बुढ़े इधर बैठे ने, ते बुढ़े जने आंदे ने किते सानू कारी साहब जो बुढ़ा ना कह सकते जवान बन के वहाँदे ने पे, तो तुहाडी आवाज घट आउंदी है। अल्लाह सानू सारयां नू कुरान दी मुहब्बत नसीब फरमाए। फरमाया कालू समिअना फतन यज़कुरुहुम, एक विचो आंदा है मैं सुनिया एक नौजवान ऐसा है, एक साढ़े करन वाले काम गुडिया डाला नहीं, करतारपुर का इफ्तिताह करना, तो सिखा 850 एकड़ जमीन पाकिस्तान दे विचों दे दी गई, तो वह
ਕਾਬਜ਼ ਹੋ ਚੁੱਕੇ ਨੇ, ਇਹ ਸਾਡੇ ਵਾਲੇ ਕੰਮ ਨਹੀਂ। ਅਸੀਂ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਹਾਂ, ਅਸੀਂ ਦੁਸ਼ਮਣ ਦਾ ਮੁਕਾਬਲਾ ਕਰਨ ਵਾਲੇ ਹਾਂ, ਅਸੀਂ ਉਹਨਾਂ ਦੇ ਸਾਹਮਣੇ ਸੀਸਾ ਪਜਾਈ ਦੀਵਾਰ ਬਣ ਕੇ ਖੜ੍ਹੇ ਹੋਣ ਵਾਲੇ ਹਾਂ। ਇਹ ਸਾਡਾ ਕੰਮ ਹੈ ਜੋ ਸਾਡੇ ਜ਼ਿੰਮੇ ਅੱਲਾਹ ਦੀ ਜ਼ਾਤ ਨੇ ਲਗਾਇਆ ਹੈ। ਅਸੀਂ ਤੌਹੀਦੀਆਂ ਤੌਹੀਦ ਦਾ ਕੰਮ ਕਰਕੇ ਦੱਸਣਾ, ਅੱਲਾਹ ਦੇ ਪੈਗੰਬਰ ਦੀ ਸੀਰਤ ਦਾ ਪ੍ਰਚਾਰ ਕਰਕੇ ਦੱਸਣਾ ਹੈ। ਇਹ ਸਾਡਾ ਕੰਮ ਨਹੀਂ ਪਤੰਗਾਂ ਉਡਾਰੀਆਂ, ਮੈਚ ਲਗਾਉਣੇ, ਉਹ ਕਰਨਾ ਤੇ ਇਹ ਕਰਨਾ, ਇਹ ਨੌਜਵਾਨਾਂ ਤੇਰਾ ਕੰਮ ਨੇ। ਆਖਣ ਲੱਗੇ ਕਾਲੂ ਸਮੀਨਾ ਫਤਹੀ ਅਜ਼ਕੁਰਹੁਮ ਮੈਂ ਯੂ ਕਾਲੂ ਲਗੂ ਇਬਰਾਹੀਮ। ਇੱਕ ਨੌਜਵਾਨ ਐਸਾ ਏ ਜਿਹਦਾ ਨਾਮ ਇਬਰਾਹੀਮ ਏ, ਉਹਦੇ ਕੋਲੋਂ ਹੀ ਗੱਲਾਂ ਸੁਣੀ ਦੀਆਂ ਨੇ। ਸਾਡੇ ਅਬਾਓ ਅਜਦਾਦ ਦੇ ਖਿਲਾਫ ਉਹਦਾ ਹੀ ਮੌਕਾ ਫੇਮ। ਤੇ ਤੀਸਰਾ ਨੌਜਵਾਨ ਅੱਲਾ ਦੀ ਜ਼ਾਤ ਨੇ ਜਿਹਦਾ ਤਜ਼ਕਰਾ ਫਰਮਾਇਆ, ਇਹ ਵਿਕਦਾ ਵਕਾਂਦਾ ਖੂਹ ਵਿੱਚੋਂ ਚੁੱਕਿਆ ਤੇ ਮਿਸਰ ਦੇ ਬਾਜ਼ਾਰਾਂ ਚੋਂ ਵਿਕਦਾ ਵਕਾਂਦਾ ਅਜ਼ੀਜ਼ੇ ਮਿਸਰ ਦੇ ਘਰ ਦੇ ਅੰਦਰ ਪਰਵਰਿਸ਼ ਪਾਈ ਹੈ। ਭਾਈਆਂ ਨੇ ਚੁੱਕਿਆ ਤੇ ਬਾਪ ਦੀਆਂ ਅੱਖਾਂ ਤੋਂ ਜੁਦਾ ਕਰ ਦਿੱਤਾ ਹੈ ਤੇ ਅੱਜ ਅਜ਼ੀਜ਼ੇ ਮਿਸਰ ਦੇ ਘਰ ਦੇ ਅੰਦਰ ਜਵਾਨ ਹੋ ਚੁੱਕਿਆ ਹੈ। ਜਵਾਨ ਵੀ ਐਸਾ ਹੈ ਕਿ ਜਿਹਦੇ ਹੁਸਨ ਵਰਗਾ ਕਿਸੇ ਦਾ ਹੁਸਨ ਕੋਈ ਨਹੀਂ ਤੇ ਇਹ ਅਜ਼ੀਜ਼ੇ ਮਿਸਰ ਦੀ ਬੀਵੀ ਇਹਦੇ ਤੇ ਫਰੇਫਤਾ ਹੋ ਜਾਂਦੀ ਹੈ। ਐਸਾ ਖੂਬਸੂਰਤ ਹੈ, ਐਸਾ ਜਵਾਨ ਹੈ, ਇਤਨਾ ਅੱਲਾਹ ਦੀ ਜ਼ਾਤ ਤੇ ਹੁਸਨ ਅਤਾ ਫਰਮਾਇਆ ਤੇ ਆਪਣੀਆਂ ਸਹੇਲੀਆਂ ਦੇ ਸਾਹਮਣੇ ਯੂਸਫ ਦੇ ਹੁਸਨ ਦਾ ਤਜ਼ਕਰਾ ਕਰਦੀ ਹੈ। ਹਜ਼ਰਤ ਯੂਸਫ ਅਲੈਹਿਸ ਸਲਾਮ ਦੇ ਤਜ਼ਕਰੇ ਕਰਦੀ ਹੈ, ਇਤਨਾ ਖੂਬਸੂਰਤ ਤੇ ਖੂਬਰੂ ਇਹ ਸਾਡਾ ਗੁਲਾਮ ਤੇ ਮੁਲਾਜ਼ਮ ਹੈ। ਨਾ ਦੀਆਂ ਸਹੇਲੀਆਂ ਕਹਿਣ ਲੱਗੀਆਂ, ਪਾਗਲ ਹੋ ਗਈ ਹੈ, ਕਮਲੀ ਹੋ ਗਈ ਹੈ, ਕਦੀ ਮੁਲਾਜ਼ਮਾਂ ਤੇ ਨੌਕਰਾਂ ਤੋਂ ਵੀ ਫਰੇਫਤਾ ਹੋਈਦਾ, ਉਹਨਾਂ ਦਾ ਵੀ ਉਹਨਾਂ ਤੋਂ ਵੀ ਕਦੀ ਦਿਲ ਲਗਾਈਦਾ, ਸ਼ੈਦਾਨ ਹੋ ਗਈ ਹੈ। ਉਹਨੇ ਬਜਾਏ ਇਸ ਦੇ ਉਹਨਾਂ ਨੂੰ ਮੁਤਮਿਨ ਕਰੇ, ਹਜ਼ਰਤ ਯੂਸਫ ਅਲੈਹਿਸ ਸਲਾਮ ਦੀ ਤਸਵੀਰ ਉਹਨਾਂ ਨੂੰ ਵਹਾਏ, ਨਹੀਂ ਉਹਨੇ ਆਖਿਆ ਤੁਸੀਂ ਇੰਝ ਕਰੋ, ਅੱਜ ਸ਼ਾਮ ਨੂੰ ਤੁਸਾਂ ਅੱਜ ਸਾਡੇ ਘਰ ਆ ਕੇ ਨਾ ਖਾਣਾ ਸਾਡੇ ਵੱਲੋਂ ਖਾਣਾ ਹੈ ਤੇ ਫਿਰ ਮੈਂ ਤੁਹਾਨੂੰ ਨਾ ਇਸ ਸਵਾਲ ਦਾ ਜਵਾਬ ਦੇਵਾਂਗੀ। ਉਹਨਾਂ ਬੁਲਾ ਲਿਆ, ਦਸਤਰਖਾਨ ਲਗਾ ਦਿੱਤਾ ਗਿਆ ਹੈ ਔਰ ਦਸਤਰਖਾਨ ਦੇ ਉੱਤੇ ਉਹਨੇ ਛੁਰੀਆਂ ਵੀ ਰੱਖ ਦਿੱਤੀਆਂ ਨੇ ਤੇ ਫਰੂਟ ਵੀ ਰੱਖ ਦਿੱਤਾ, ਇਹ ਖਾਓ। ਤੇ ਜਨਾਬ ਯੂਸਫ ਅਲੈਹਿਸ ਸਲਾਤੁ ਵਸਲਾਮ ਨੂੰ ਜ਼ੁਲੈਖਾ ਕਹਿਣ ਲੱਗੀ, ਵੇ ਯੂਸਫ ਮੇਰੇ ਘਰ ਦੇ ਅੰਦਰ ਮੇਰੀਆਂ ਦੋਸਤਾਂ ਆਈਆਂ ਨੇ, ਮੇਰੀਆਂ ਸਹੇਲੀਆਂ ਆਈਆਂ ਨੇ ਤੇ ਤੁਸਾਂ ਥੋੜ੍ਹਾ ਜਿਹਾ ਇੱਥੋਂ ਦੀ ਸਾਹਮਣੇ ਉਹ ਗੁਜ਼ਰਨਾ ਹੈ। ਤੇ ਹਜ਼ਰਤ ਯੂਸਫ ਅਲੈਹਿਸ ਸਲਾਤੁ ਵਸਲਾਮ ਨੇ ਜਦੋਂ ਸਾਹਮਣੇ ਉਹ ਗੁਜ਼ਰਦੇ ਨੇ ਪਏ, ਨਾ ਯੂਸਫ ਅਲੈਹਿਸ ਸਲਾਮ ਨੇ ਕੰਨ ਉੱਧਰ ਧਰੇ ਨੇ ਵੀ ਬੀਬੀਆਂ ਕੀ ਆਖਣ ਡੀਆਂ ਨੇ, ਨਾ ਯੂਸਫ ਅਲੈਹਿਸ ਸਲਾਤੁ ਵਸਲਾਮ ਨੇ ਅੱਖ ਚੁਰਾ ਕੇ ਵੇਖਿਆ, ਅੱਖਾਂ ਆਪਣੇ ਨੀਵੀਆਂ ਕੀਤੀਆਂ ਨੇ, ਸਰ ਝੁਕਾਇਆ। ਜਨਾਬੀ ਯੂਸਫ ਅਲੈਹਿਸ ਸਲਾਤੁ ਵਸਲਾਮ ਗੁਜ਼ਰਦੇ ਨੇ ਪਏ, ਇਹਨਾਂ ਔਰਤਾਂ ਨੇ ਜਨਾਬੀ ਯੂਸਫ ਅਲੈਹਿਸ ਸਲਾਤੁ ਵਸਲਾਮ ਦੇ ਚਿਹਰੇ ਵੱਲ ਵੇਖਿਆ ਤੇ ਕੁਰਾਨ ਨੇ ਉਹਨਾਂ ਦਾ ਦੇਖਣਾ ਤੇ ਹੱਥ ਕੱਟਣੇ ਨਕਸ਼ ਕਰ ਦਿੱਤੇ ਨੇ। ਕਿਆਮਤ ਤੱਕ ਜਨਾਬੀ ਯੂਸਫ ਅਲੈਹਿਸ ਸਲਾਤੁ ਵਸਲਾਮ ਦੇ ਇਸ ਅਜ਼ੀਮ ਸ਼ਾਨ ਫੇਲ ਦਾ ਤਜ਼ਕਰਾ ਹੋਏਗਾ। ਫਰਮਾਇਆ ਵਕਤ ਤਾਨਾ ਆਈਦੀਆ ਗੁਨਾ ਵਕਤ ਤਾਨਾ ਆਈਦੀਆ ਹੁਨਾ ਵਕੁਲ ਨਗਾਸ਼ ਲਿਲਾਹੀ ਮਾਹਾਜ਼ਾ ਬਸ਼ਰਾ। ਆਖਣ ਲੱਗੀਆਂ, ਨੀ ਜ਼ੁਲੈਖਾ ਇਹ ਤੇ ਕੋਈ ਇਨਸਾਨ ਨਹੀਂ ਬਲਕਿ ਇਹ ਤੇ ਆਸਮਾਨ ਤੋਂ ਤੇਰੇ ਵਿਹੜੇ ਅੰਦਰ ਫਰਿਸ਼ਤਾ ਉਤਰ ਆਇਆ ਏ। ਯੂਸਫ ਨੂੰ ਤੱਕਿਆ ਤੇ ਉਂਗਲੀਆਂ ਸੀ ਕੱਟੀਆਂ, ਯੂਸਫ ਨੂੰ ਤੱਕਿਆ ਤੇ ਉਂਗਲੀਆਂ ਸੀ ਕੱਟੀਆਂ, ਆਕਾ ਦੇ ਦੀਵਾਨਿਆਂ ਨੇ ਜਾਨਵਾਰ ਸੱਟੀਆਂ, ਸੂਲੀ ਤੇ ਵੀ ਬਾਤ ਕਹਿੰਦੇ ਉਹਦੇ ਸੱਚੇ ਦੀਨ ਦੀ, ਜੱਗ ਦੇ ਹੁਸੀਨਾ ਕੋਲੋਂ ਵੱਧ ਕੇ ਹੁਸੀਨ ਦੀ। ਐਸਾ ਅੱਲਾ ਦੀ ਜ਼ਾਤ ਨੇ ਯੂਸਫ ਅਲੈਹਿਸ ਸਲਾਮ ਨੂੰ ਹੁਸਨ ਅਤਾ ਫਰਮਾਇਆ ਤੇ ਇਹ ਜ਼ੁਲੈਖਾ ਜਨਾਬ ਯੂਸਫ ਅਲੈਹਿਸ ਸਲਾਮ ਤੇ ਫਰੇਫਤਾ ਹੋ ਜਾਂਦੀ ਹੈ ਆਪਣੇ ਮਹਿਲ ਦੇ ਅੰਦਰ। ਇਹ ਅਜ਼ੀਜ਼ ਮਿਸਰ ਆਪਣੇ ਘਰ ਦੇ ਅੰਦਰ ਕੋਈ ਨਹੀਂ, ਸਿਰ ਦਾ ਬਾਦਸ਼ਾਹ ਤੇਜ਼ਾ ਖਾਮਦ ਘਰ ਦੇ ਅੰਦਰ ਕੋਈ ਨਹੀਂ, ਕੱਲੇ ਯੂਸਫ ਨੇ ਤੇ ਕੱਲੀ ਜ਼ੁਲੈਖਾ ਹੈ। ਜ਼ੁਲੈਖਾ ਨੇ ਦਰਵਾਜ਼ੇ ਬੰਦ ਕਰ ਲਿੱਤੇ ਨੇ, ਹਜ਼ਰਤ ਯੂਸਫ ਅਲੈਹਿਸ ਸਲਾਤੁ ਵਸਲਾਮ ਨੇ ਤੇ ਇਹ ਜ਼ੁਲੈਖਾ ਹੈ। ਜ਼ੁਲੈਖਾ ਜਨਾਬ ਯੂਸਫ ਅਲੈਹਿਸ ਸਲਾਤੁ ਵਸਲਾਮ ਨੂੰ ਤੋ ਗੁਨਾਹ ਦੀ ਦਾਵਤ ਦੇ ਰਹੀ ਹੈ ਤੇ ਕੁਰਾਨ ਨੇ ਤਜ਼ਕਰਾ ਫਰਮਾਇਆ, ਬਲੰਮਾ ਬਲਗਾ ਅਸ਼ੁੱਦਗੁ ਵਲੰਮਾ ਬਲਗਾ ਅਸ਼ੁੱਦਗੁ ਆਤੈਨਾ
حكمه وعلما وكذلك نجزي المحسنين وراودته التي هو في بيتها عن نفسه وغلقت الأبواب وقالت هيت لك قال معاذ الله حضرت یوسف علیہ السلام نو گناہ دی دعوت دین دیئے پئی اجرا گل رک کے سنن والی جیم تنہائی خلوت نہ عزیز مصری پیا ویندا اے نہ محلے داری کوئی ویندا اے نہ او دا کوئی وزیر ہی ویندا پیا نہ محل دے اندر کم کرن والیاں نو قرانیاں ہی دیکھدیاں نے جناب یوسف علیہ السلام فرماندے نے نی زلیخا مینوں میرا رب پیا ویندا اے اے بات تے نقطہ ساڈے ذہن اندر اتر جائے نا ہر چھوٹے بڑے تے بوڑھے اور مسلمان دے ذہن اندر اگر اے نقطہ ذہن دے اندر بیٹھ جائے خدا دی قسم ہے سات کم بند کمریاں دے اندر بھی بندہ کدی گناہ نہ کرے گا حضرت امیر المومنین خلیفہ سامنی حضرت عمر بن خطاب رضی اللہ تعالی کہہ دیو رضی اللہ تعالی رات دا وقت آپ گشت فرما رہے نے مدینہ پاک دیاں گلیاں دے اندر گشت کر دیا ایک گھر دے وچوں بن بنا ہڑ دی آواز آ رہی ہے ایویں لگدا ہے جویں اس گھر دے اندر رات دی تاریکی ہے تنہائی ہے پچھلی رات دا ٹائم ہے تے کوئی بولدا پیا آپ پریشان رہندے بےتاب رہندے میری رعایا دا کوئی بندہ بیمار نہ ہوے میری رعایا دا بندہ کوئی بھکا پیا سا نہ سوے میری رعایا دا کوئی بندہ پریشان حال نہ ہوے حضرت امیر المومنین نے کان لگائے تے اندروں آواز کی آئی بھائی ماں کہندی ہے بیٹی نو بیٹیے دودھ اندر پانی ملا لے دودھ اندر بیٹی نے کیا کیا ماں جی حضرت شاہ صاحب تشریف لا چکے ہیں انشاءاللہ چند لمحات بعد ہی ان کا خطاب شروع ہوگا اللہ اپنی رحمت فرما کے شاہ صاحب کو صحت والی ایمان والی لمبی زندگی عطا فرمائے آخری بات ہے ماں بیٹی نو کہندی ہے بیٹیے دودھ اندر پانی ملا لے تے بیٹی نے کی آکھیا آکھن لگی امی امیر المومنین دا دور ہے حضرت عمر نو پتہ لگ گیا تے کوڑے وجن گے سزا لگے گی ماں کہن لگی تھی یہ کیڑا عمر ویکھن ڈیا ہے کیڑا عمر ویکھن ڈیا ہے او تے کتے کسرے خلافت اندر ستا ہونا ہے آرام دی نیند ستا ہوئے گا حضرت عمر پہ سوندے نے تے بی جڑا بیٹی نے جواب دیتا ہے اللہ ساڈیاں اولاداں دی بھی ایسی تربیت فرما دے ایسا ایمان تے تقوی اور خشیت ساڈیاں اولاداں نو عطا فرما دے وے بیٹی کہن لگی امی جی اگر امیر المومنین نہیں دیکھ رہا تے او دا رب تے ویکھ رہا ہے حضرت یوسف علیہ الصلوۃ والسلام فرما لگے دی زلیخا مینوں میرا رب پیا ویندا ہے انہیں سر تو دوپٹا اتاریا تے لاگے پیا ہویا جڑا بوتے اودے اوتے پا چھڈیا آکھن لگے وے یوسف ہن رب نہیں ویندا حضرت یوسف فرما لگے نہیں زلیخا اے نہیں ہو ویندا جڑا عرشاں تے میرا رب مینوں ویکھ رہا ہے حضرت عبداللہ بن عمر رضی اللہ تعالی عنہ مدینہ پار تو باہر نکلے نے ایک پہاڑی تے دیکھے آئے ایک چرواہا بکریاں پہ چار حضرت عبداللہ بن عمر رضی اللہ تعالیٰ عنہ نے دسترخان لگایا کھجوراں لگائیاں نے آپ فرما لگے چرواہے نو آ ساڈے نال بہ کے کھجوراں کھا لے انہیں آکھیا حضرت جی میں روزے دی حالت اندر آ میرا روزہ ہے آپ فرما لگے شدت دی گرمی تو روزہ رکھے ہیں نا بکریاں پہ چارنا سفر بھی کرنا آکھن لگا حضور اے جڑی گرمی ہے نا کل قیامت دی گرمی دے مقابلے اندر کچھ نہیں میں او گرمی دی شدت دی تیاری کر رہا ہوں اللہ میں او دی حیبت تو او دی شدت تو محفوظ فرمائے میں او دی تیاری کر رہا ہوں تا روزہ رکھے ہیں آپ نے فرمایا سمجھے ابھی بڑا ہے صاحب تقوی ورا آدمی ہے ازمان دے واسطے از بطور ازمائش آپ نے تھوڑی دیر گزری فرمایا یار ایک بکری ذبح کر لے ادھا گوشت تو شام نو گھر لے جائیں ادھا اسی اتھے روزہ کھول لینے ہیں افطاری کرنے ہیں نالے گھر جا کے تو افطاری کر لی کھانا کھا لینے ہیں اپنے بچیاں نو جا کے کھلائیں آکھن لگا حضرت میں بکریاں دا مالک بولو میں نہیں مالک میرا مالک مدینے اندر ہے حضرت عمر رضی عبداللہ بن عمر رضی اللہ تعالیٰ نے فرمان لگے
ਕਿਹੜਾ ਤੇਰਾ ਮਾਲਕ ਵੇਖਣ ਡਿਆ। ਮਦੀਨੇ ਅੰਦਰ ਹੈ, ਪਹਾੜਾਂ ਤੋਂ ਬੱਕਰੀ ਇੱਕ ਡਿੱਗ ਵੀ ਜਾਂਦੀ, ਗੁੰਮ ਵੀ ਹੋ ਜਾਂਦੀ ਹੈ, ਉਹਨੂੰ ਬਘਿਆੜ ਵੀ ਖਾ ਕੇ ਲਿਆ ਜਾਂਦਾ, ਉਹ ਗੁੰਮ ਵੀ ਹੋ ਜਾਂਦੀ, ਕਈ ਇੱਕ ਬੱਕਰੀ ਅੱਜ ਗੁਆਚ ਗਈ ਹੈ, ਤੇ ਕਿਹੜਾ ਉਹਨੇ ਤੇਰੇ ਤੇ ਕੋਈ ਕੇਸ ਕਰ ਦੇਣਾ। ਇਹ ਬੱਕਰੀਆਂ ਦਾ ਚਰਵਾਹਾ ਹੈ, ਮਜ਼ਦੂਰ ਹੈ, ਉਹ ਮਜ਼ਦੂਰੀ ਕਰਨੇ ਵਾਲੋ, ਮੁਲਾਜ਼ਮਤ ਕਰਨੇ ਵਾਲੋ, ਉਹ ਜਨਾਬ ਨੌਕਰੀ ਕਰਨੇ ਵਾਲੋ, ਅਗਰ ਤੁਸੀਂ ਬਦ ਦਿਆਨਤ ਹੋ, ਰੋਜ਼ੀ ਅੰਦਰ ਬਰਕਤ ਨਹੀਂ ਹੋ ਸਕਦੀ, ਅਗਰ ਤੁਸੀਂ ਬਦ ਖਿਆਨਤ ਹੋ, ਖਾਇਨ ਹੋ, ਫਿਰ ਵੀ ਤੁਹਾਡੀ ਰਿਜ਼ਕ ਰੋਟੀ ਅੰਦਰ ਬਰਕਤ ਨਹੀਂ ਹੋ ਸਕਦੀ। ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹੁ ਤਾਲਾ ਫਰਮਾਨਗੇ, ਕਿਹੜਾ ਤੇਰਾ ਮਾਲਕ ਵੇਖਣ ਡਿਆ। ਜਦੋਂ ਉਹਨੇ ਇੰਨੀ ਗੱਲ ਸੁਣੀ ਨਾ, ਮੇਰਾ ਨਹੀਂ ਮਾਲਕ ਵੇਂਦਾ, ਆਸਮਾਨ ਦੀ ਤਰਫ ਇਸ ਤਰ੍ਹਾਂ ਉਹਨੇ ਉਂਗਲੀ ਉਠਾਈ, ਇਸ਼ਾਰਾ ਕਰਕੇ ਆਂਦਾ, ਅਗਰ ਮੇਰਾ ਮਾਲਕ ਇੱਥੇ ਨਹੀਂ ਤੇ ਅਈਨ ਅੱਲਾਹ, ਅਈਨ ਅੱਲਾਹ, ਅਈਨ ਅੱਲਾਹ, ਅੱਲਾਹ ਕਿੱਥੇ ਆ ਫਿਰ? ਯਾਨੀ ਅੱਲਾਹ ਤੇ ਵੇਖ ਰਿਹਾ ਹੈ ਨਾ। ਇੰਨੀ ਗੱਲ ਕੀਤੀ ਤੇ ਚਲੇ ਗਏ। ਅਬਦੁੱਲਾ ਬਿਨ ਉਮਰ ਮਦੀਨੇ ਪਾਕ ਦੇ ਅੰਦਰ ਆਏ, ਆ ਕੇ ਉਹਨਾਂ ਇਸ ਮਾਲਕ ਦਾ ਪਤਾ ਕੀਤਾ, ਸੌਦਾ ਕੀਤਾ, ਇਹ ਜਿਹੜਾ ਗੁਲਾਮ ਇਹਨੂੰ ਖਰੀਦ ਰਿਹਾ, ਇਹਦੀਆਂ ਸਾਰੀਆਂ ਬੱਕਰੀਆਂ ਵੀ ਖਰੀਦ ਲਈਆਂ ਨੇ, ਇਹਨੂੰ ਖਰੀਦ ਕੇ ਆਜ਼ਾਦ ਕਰ ਦਿੱਤਾ ਹੈ, ਬੱਕਰੀਆਂ ਸਾਰੀਆਂ ਦੀਆਂ ਸਾਰੀਆਂ ਬਤੌਰੇ ਤੋਹਫਾ ਨੂੰ ਅਤਾ ਕਰ ਚੱਲੇ। ਇਸ ਵਾਸਤੇ ਅੱਲਾਹ ਦੇ ਕੋਲੋਂ ਦੁਆ ਹੈ, ਅੱਲਾਹ ਸਾਡੇ ਜਵਾਨਾਂ ਦੀਆਂ ਜਵਾਨੀਆਂ ਨੂੰ ਬੇਦਾਗ ਬਣਾ ਦੇ, ਅੱਲਾਹ ਸਾਡੇ ਜਵਾਨਾਂ ਦੀਆਂ ਜਵਾਨੀਆਂ ਅੰਦਰ ਬਰਕਤ ਫਰਮਾ ਦੇ, ਅੱਲਾਹ ਮੇਰੇ ਜਵਾਨਾਂ ਨੂੰ ਦੀਨ 'ਤੇ ਚੱਲਣੇ ਵਾਲਾ ਬਣਾ ਦੇ, ਅੱਲਾਹ ਇਹਨਾਂ ਨੂੰ ਸਾਰਿਆਂ ਨੂੰ ਨਮਾਜ਼ੀ ਬਣਾ ਦੇ। ਅਕੂਲੂ ਕੌਲੀ ਹਾਦਾ, ਅਸਤਗਫਿਰੁਲਾਹ ਲੀ ਵਲਕੁਮ ਵਲਿਸਾਇਰਿਲ ਮੁਸਲਿਮੀਨ, ਆਖਿਰੁ ਦਾਅਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।